ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਾਦੀ ਦੇ ਸੰਬੰਧ ਵਿੱਚ ਵਿਆਹ ਸੰਬੰਧ ਦੇ ਵਿੱਚ ਜਿਹੜਾ ਗੁਰਦੁਆਰਾ ਟਾਹਲੀ ਸਾਹਿਬ ਨੇ ਸੁਲਤਾਨਵਿੰਡ ਵਾਲੇ ਉੱਥੇ ਸਮਾਰੋਹ ਸੀਗਾ ਅਤੇ ਜਿਹੜੀ ਪਾਲਕੀ ਸਾਹਿਬ ਆ ਗੁਰੂ ਕੇ ਮਹਿਲ ਤੋਂ ਚੱਲ ਕੇ ਅਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਣ ਕੇ ਅਤੇ ਇਸ ਨਗਰ ਕੀਰਤਨ ਨੇ ਸਮਾਪਤ ਹੋਣਾ ਜੀ। ਇਸ ਸੰਬੰਧ ਦੇ ਵਿੱਚ ਮੈਂ ਜਿਹੜੀ ਆ ਸਾਰੇ ਰੂਟ 'ਤੇ ਡਿਊਟੀ ਲਾਈ ਸੀ ਤਾਂ ਕਿ ਪਾਲਕੀ ਜਿਹੜੀ ਆ ਉਹ ਪੀਸਫੁਲੀ ਵਧੀਆ ਤਰੀਕੇ ਨਾਲ ਲੰਘ ਸਕੇ। ਪੁਲ ਦੇ ਉੱਤੇ ਜਿਹੜੀ ਆ ਸਾਡੀ ਸਬ ਇੰਸਪੈਕਟਰ ਉਹਦੀ ਵਿਦ ਫੋਰਸ ਡਿਊਟੀ ਸੀਗੀ, ਨਾਲ ਲੇਡੀ ਫੋਰਸ ਫਲਾਇੰਗ ਅਫਸਰ, ਅਤੇ ਉਹ ਟ੍ਰੈਫਿਕ ਰੋਕ ਕੇ ਮੈਂ ਵੀ ਇਨ ਬਿਟਵੀਨ ਦੂਸਰੀ ਸਾਈਡ ਤੋਂ ਹੀ ਸੀਗਾ, ਉੱਥੇ ਹੀ ਸੀਗਾ ਆ ਗਿਆ। ਅਸੀਂ ਪਾਲਕੀ ਸਾਹਿਬ ਨੂੰ ਅੱਗੇ ਲੰਘਾਇਆ, ਪਾਲਕੀ ਸਾਹਿਬ ਨੂੰ ਲੰਘਾਉਣ ਕਰਕੇ ਜਿਹੜੀ ਸੀਗੀ ਟ੍ਰੈਫਿਕ ਥੋੜ੍ਹੀ ਜਾਮ ਹੋਈ। ਅਸੀਂ ਟਰਨ ਬਾਈ ਟਰਨ ਥੋੜ੍ਹੀ ਥੋੜ੍ਹੀ ਕਰਕੇ ਟ੍ਰੈਫਿਕ ਜਿਹੜੀ ਉਹ ਕੱਢ ਰਹੇ ਸੀ, ਅਤੇ ਇੱਕ ਕਾਰ ਜਿਹੜੀ ਆ ਉਹ ਰੋਂਗ ਸਾਈਡ ਤੋਂ ਜਿਹੜੀ ਇੱਧਰੋਂ ਤਾਰਾਂ ਵਾਲੇ ਪੁਲ ਵੱਲੋਂ ਆਈ ਆ, ਇਹ ਆਣ ਕੇ ਅਤੇ ਚੌਂਕ 'ਚ ਰੁਕ ਗਈ। ਇਹਨੂੰ ਸਾਡੀ ਸਬ ਇੰਸਪੈਕਟਰ ਨੇ ਲੇਡੀ ਨੇ ਕਿਹਾ ਕਿ ਤੁਸੀਂ ਗਲਤ ਸਾਈਡ ਤੋਂ ਕਾਰ ਲੈ ਕੇ ਆਏ ਹੋ, ਇਹਨੂੰ ਬੈਕ ਕਰਕੇ ਯੂ ਟਰਨ ਕਰਕੇ ਸਹੀ ਸਾਈਡ 'ਤੇ ਲੈ ਕੇ ਆਓ, ਤੁਹਾਡੀ ਗੱਡੀ ਆਉਣ ਨਾਲ ਸਾਡਾ ਜਿਹੜਾ ਟ੍ਰੈਫਿਕ ਆ ਹੋਰ ਜਾਮ ਹੋ ਗਿਆ। ਇਹ ਨਹੀਂ ਮੰਨੇ, ਫਿਰ ਉਹਨੇ ਦੋ ਵਾਰਾਂ ਕਿਹਾ, ਤਾਂ ਉਹ ਜਿਹੜਾ ਕਾਰ ਚਾਲਕ ਸੀਗਾ ਇਹਦਾ ਨਾਂ ਹੈਗਾ ਕਸ਼ਮੀਰ ਜਸ ਪ੍ਰਤਾਪ ਸਿੰਘ, ਇਹ ਇਹਨੇ ਕਿਤੇ ਤਲਖੀ ਨਾਲ ਉਹਨਾਂ ਨਾਲ ਬੋਲਿਆ। ਫਿਰ ਇਹਨੇ ਕਿਹਾ ਉਹਨੂੰ ਕਿ ਤੂੰ ਕੌਣ ਆ, ਮੈਂ ਜਿੱਥੋਂ ਦੀ ਮਰਜ਼ੀ ਗੱਡੀ ਲੈ ਕੇ ਜਾਵਾਂ। ਇਹਦੇ ਨਾਲ ਇਹਦੀ ਜਿਹੜੀ ਆ ਵਾਈਫ ਬੈਠੀ ਹੋਈ ਸੀ ਨਿਰਮਲ ਵੀਰ ਕੌਰ, ਜਿਹੜੀ BSF 'ਚ ਕੌਂਸਟੇਬਲ ਆ ਅਜਨਾਲੇ, ਔਰ ਉਹ ਸਿਵਲ 'ਚ ਬੈਠੀ ਸੀ, ਉਹਨੇ ਵੀ ਜਿਹੜਾ ਸੀਗਾ ਉਹ ਸਾਡੇ ਪੁਲਿਸ ਅਫਸਰ ਨੂੰ ਮਾੜਾ ਕਿਹਾ। ਇਹਨੇ ਇਨ ਬਿਟਵੀਨੀ ਜਿਹੜਾ ਸੀਗਾ ਸਾਡੀ ਸਬ ਇੰਸਪੈਕਟਰ ਨੇ ਉਹਨੂੰ ਕਿਹਾ ਕਿ ਮੈਂ ਵਰਦੀ ਪਾਈ ਹੋਈ ਆ, ਡਿਊਟੀ 'ਤੇ ਖੜੀ ਹਾਂ, ਮੈਂ ਤੁਹਾਡੇ ਸਾਹਮਣੇ ਪਾਲਕੀ ਸਾਹਿਬ ਨਿਗਾ ਰਹੀ ਹਾਂ, ਤੁਹਾਡਾ ਫਰਜ਼ ਬਣਦਾ ਤੁਸੀਂ ਸਹਿਯੋਗ ਕਰੋ। ਤਾਂ ਇਹ ਕਰਨ ਵੀ ਜਿਹੜੀ ਜਿਹੜੀ ਫੋਰਸ ਸੀਗੀ ਆਪਣੀ ਇਹਦੀ ਵਾਈਫ, ਉਹਨੇ ਗੱਡੀ 'ਚੋਂ ਉਤਰ ਕੇ ਇਹਨੂੰ ਧੱਕਾ ਮਾਰਿਆ। ਜਦੋਂ ਧੱਕਾ ਮਾਰਿਆ ਤਾਂ ਉਹਨੇ ਸਬ ਇੰਸਪੈਕਟਰ ਨੂੰ ਰੋਕਿਆ ਅਤੇ ਉਹਨੇ ਉਹਦੇ 'ਚ ਪੇੜ ਮਾਰਤੀ, ਇਹਦੀ ਵਾਈਫ ਨੇ ਸਬ ਇੰਸਪੈਕਟਰ ਲੇਡੀ ਦੇ। ਇਨ ਬਿਟਵੀਨ ਜਦੋਂ ਉਹ ਚਪੇੜ ਮਾਰੀ ਅਤੇ ਦੂਸਰਾ ਜਿਹੜਾ ਕਾਰ ਚਾਲਕ ਸੀਗਾ ਉਹ ਵੀ ਗੱਡੀ 'ਚੋਂ ਨਿਕਲ ਕੇ ਫਟਾਫਟ ਬਾਹਰ ਆ ਗਿਆ। ਅਸੀਂ ਵੀ ਸਾਰੇ ਮੌਕੇ 'ਤੇ ਫਟਾਫਟ, ਸਾਨੂੰ ਮੈਨੂੰ ਪਤਾ ਲੱਗਾ, ਮੈਂ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਜਿਹੜਾ ਉਹਦਾ ਸੀਗਾ ਉਹਦੀ ਵਾਈਫ, ਇਹਨੇ ਹੋਰ ਜ਼ਿਆਦਾ ਉਹਨੂੰ ਧੱਕੇ ਧੁੱਕੇ ਮਾਰ ਕੇ ਗਾ ਮੂੰਹ ਨਾਲ ਵੀ ਮਾੜਾ ਚੰਗਾ ਕਿਹਾ। ਤੋ ਉਹਦੇ ਬਾਅਦ 'ਚ ਜਿਹੜੀ ਸਾਡੀ ਪੁਲਿਸ ਪਾਰਟੀ ਸੀਗੀ ਉਹਨਾਂ ਨੇ ਦੋਵਾਂ ਨੂੰ ਕਾਬੂ ਕਰਕੇ ਸਮੇਤ ਗੱਡੀ ਜਿਹੜਾ ਇਹ ਥਾਣੇ ਲੈ ਕੇ ਆਉਂਦਾ, ਇੱਥੇ ਜਿਹੜੀ ਆ ਇਹਨਾਂ ਦੇ ਖਿਲਾਫ਼ ਜੋ ਬਣਦੀ ਕਾਨੂੰਨੀ ਕਾਰਵਾਈ ਉਹਦੇ ਅਨੁਸਾਰ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ, ਪਰਚਾ ਦਰਜ ਕਰਾਂਗੇ। ਜਿਹੜਾ ਇਹਨਾਂ ਨੇ ਧੱਕਾ ਕੀਤਾ, ਉਹਦੀ ਡਿਊਟੀ 'ਚ ਵਿਘਨ ਪਾਇਆ, ਉਹਦੇ ਕੱਪੜੇ ਪਾੜੇ ਆ ਅਤੇ ਉਹਨੂੰ ਚਪੇੜ ਮਾਰੀ, ਅਨੁਸ਼ਾਸਨ ਨੂੰ ਕਾਇਮ ਰੱਖਣ ਵਾਸਤੇ ਜ਼ਰੂਰੀ ਆ ਕਿ ਪੰਜਾਬ ਪੁਲਿਸ ਦਾ ਮਨੋਬਲ ਜਿਹੜਾ ਉੱਚਾ ਰਹੇ, ਉੱਚਾ ਰੱਖਣ ਇਸ ਤਰ੍ਹਾਂ ਹੀ ਰਹੂਗਾ ਜੇ ਆਪਾਂ ਮੁਲਾਜ਼ਮਾਂ ਨਾਲ ਧੱਕਾ ਹੋਣ ਤੋਂ ਰੋਕਾਂਗੇ। ਇਹਨਾਂ ਨੇ ਇਸ ਤਰ੍ਹਾਂ ਕਰਕੇ ਲੇਡੀ SI ਨਾਲ ਧੱਕਾ ਕੀਤਾ, ਬਣਦੀ ਕਾਨੂੰਨੀ ਕਾਰਵਾਈ ਕਰ ਰਿਹਾ। ਜੋ ਤਫਤੀਸ਼ ਦੇ ਸਾਹਮਣੇ ਆਏਗਾ ਉਹਦੇ ਸੰਬੰਧੀ ਪਰਚਾ ਦੇ ਕੇ ਅਗਲੀ ਤਫਤੀਸ਼ ਸਾਹਮਣੇ 'ਚ ਲਿਆ ਕੇ ਦੇਖਾਂਗੇ ਅੱਗੇ ਕੀ ਕਾਰਵਾਈ ਬਣਦੀ। ਮਾਤਾ ਆਰਾਧਨਾ ਜੀ ਅੰਮ੍ਰਿਤਸਰ ਵਾਲੇ 5 ਵਾਰ ਗੋਲਡ ਮੈਡਲਿਸਟ ਨਾਲ ਸਨਮਾਨਿਤ, ਕੀ ਤੁਸੀਂ ਲੋਟਰੀ ਲੋਟੋਮੈਕਸ ਜਿੱਤਣਾ ਚਾਹੁੰਦੇ ਹੋ? ਵਸ਼ੀਕਰਨ, ਮੁਟਕਰ ਨਹੀਂ ਕਰਨਾ ਜਾਂ ਤੋੜਨਾ, ਪ੍ਰੇਮ ਵਿਵਾਹ, ਸੌਤਨ ਜਾਂ ਸ਼ਤਰੂ ਤੋਂ ਛੁਟਕਾਰਾ, ਗ੍ਰਹਿ ਕਲੇਸ਼, ਸ਼ਾਰੀਰਿਕ ਦੁੱਖ, ਮਨਚਾਹਾ ਪਿਆਰ ਹਾਸਿਲ ਕਰਨਾ? ਨੂਰੀ ਹਜ਼ੂਰੀ ਤੇ ਸਿਪਲੀ ਇਲਮ ਦੀ ਮਾਹਿਰ ਮਾਤਾ ਆਰਾਧਨਾ ਅੰਮ੍ਰਿਤਸਰ ਵਾਲੇ, ਕੰਟੈਕਟ 7375942128, ਵੈਬਸਾਈਟ www.ladyastrologeraradhana